लो जी अज मैं आई हाँ आपके पिंड ते मेरा भतीजा बना के दिंदा मैनू चाह चाह पत्ती मिठा पे पा दू सच्ची ते सौंफ जमैन पाई है देखो जी किन्नी स्वाद है स्मैल किन्नी सोहनी आउंदी आ ता जद चाह बना के दो फिर पा के भी आपे दिंदा हुणा चाह पत्ती कित्थों पाई चक के उत्थों पाई मिठा किवें पाया चक के दिखा के पा के दिखा ਕਿੰਨਾ ਕੁ ਪਾਇਆ ਸੀਗਾ ਉਹ ਦੱਸ ਦੇ ਵੀ ਕਿੰਨਾ ਕੁ ਪਾਇਆ ਸੀ ਇੱਕ ਕੱਪ ਆ ਇੱਕ ਜਣੀ ਨੇ ਹਾਂ ਢੱਕਣ ਜਾਣਾ ਚਮਚਾ ਤੇ ਚਾਹ ਪੱਤੀ ਕਿਵੇਂ ਪਾਈ ਫਿਰ ਚਾਹ ਉਹ ਢੇਡ ਪਾਈ ਪਹਿਲਾਂ ਮੈਂ ਤਾਂ ਬਣਾਈ ਨਹੀਂ ਗਈ ਤੇਰੀ ਵੀੜੀ ਚਾਹ ਦੱਸ ਕਿਵੇਂ ਪਾਈ ਫਿਰ ਚਾਹ ਪੱਤੀ ਉਹ ਪਈਆ ਚੱਕ ਕਿਵੇਂ ਪਾਈ ਸੀਗੀ ਇੱਕ ਪੂਰਾ ਇੱਕ ਅੱਧਾ ਹੈ ਵਾਲੀ ਨਾ ਕਾੜ ਦੀ ਚਾਹ ਤਾਂ ਥੋੜੀ ਜੀ ਆ ਪੱਤੀ ਵੱਧ ਪਾ ਦੇ ਮੈਨੂੰ ਲੱਗਦਾ ਅੱਛਾ ਦੁੱਧ ਵੀ ਪੈਣਾ ਕਹਿੰਦਾ ਕਿੰਨੇ ਟਾਈਮ ਚ ਬਣ ਜੂ ਚਾਹ ਤੁਹਾਡੀ 5 ਮਿੰਟਾਂ ਚ ਅੱਛਾ ਸਰਵ ਕਾ ਚ ਕਰੇਗਾ ਫਿਰ ਕਿਹੜੇ ਗਲਾਸਾਂ ਚ ਵਾਲੇ ਗਲਾਸਾਂ ਚ ਅੱਛਾ ਠੀਕ ਆ ਦੇਖਦੇ ਆ ਵੀ ਅੱਜ ਤਾਜ ਬਣਾਉਂਦਾ ਵਾ ਚਾਹ ਦੇਖਦੇ ਹਾਂ ਕਿਵੇਂ ਬਣਾ ਕੇ ਦਿੰਦਾ ਵਾ ਤੇ ਮੈਂ ਤਾਂ ਹਰਾਪ ਹੈਰਾਨ ਹੋ ਗਈ ਕਹਿੰਦੇ ਵੀ ਤਾਜ ਨੇ ਚਾਹ ਬਣਾ ਕੇ ਦੇਣੀ ਆ ਇਹ ਘਰੇ ਵੀ ਸਾਰਿਆਂ ਨੂੰ ਆਪ ਹੀ ਬਣਾ ਕੇ ਦਿੰਦਾ ਵਾ ਇਹ ਵਰਤ ਜਾਂਦੀ ਸੀ ਅੱਛਾ ਤਾਜ ਨੂੰ ਪੁੱਛ ਕੇ ਹਟੀ ਆ ਮੰਮੀ ਮੈਂ ਕਿਹਾ ਵੀ ਕਿਵੇਂ ਇਹ ਚਾਹ ਬਣਾਉਂਦਾ ਵਾ ਚਾਹ ਬਣਾ ਕੇ ਦਊਗਾ ਸਾਰਾ ਕੁਝ ਸਮਝਾਇਆ ਇਹਨੇ ਕਹਿੰਦਾ ਐਂ ਮੈਂ ਚਾਹ ਪੱਤੀ ਪਾਤੀ ਖੰਡ ਪਾਤੀ ਤੇ ਗਲਾਸਾਂ 'ਚ ਚਾਹ ਪਾ ਕੇ ਦਊਗਾ ਹੁਣ ਨਿੱਕਾ ਜਿਹਾ ਬੱਚਾ ਦੇਖ ਲਓ ਕਿ ਮੈਂ ਚਾਹ ਬਣਾ ਕੇ ਦਿੰਦਾ ਵਾ ਗਲਾਸ ਧੋ ਕੇ ਦੇਖ ਲਓ ਤਾਂ ਗਲਾਸ ਧੋਂਦਾ ਵਾ ਧੋ ਕੇ ਫੇਰ ਦਊਗਾ ਚਾਹ ਪਹਿਲਾਂ ਬੰਦੇ ਵੀ ਦੇਖ ਕੇ ਆਇਆ ਵੀ ਕਿੰਨੇ ਜਾਣੇ ਆ ਦੁੱਧ ਤਾਂ ਦਾਦੀ ਕੱਢ ਕੇ ਰੱਖ ਗਈ ਹਨਾ ਦੁੱਧ ਦਾਦੀ ਕੱਢ ਕੇ ਰੱਖ ਗਈ ਲੱਗੀ ਲਿਖਣ ਥੋੜੇ ਕਰ ਰਹੀ ਹੈ 2 ਕੁ ਮਿੰਟ ਕਿੰਨਾ ਕੁ ਟਾਈਮ ਲੱਗੂਗਾ 5 ਮਿੰਟ 5 ਮਿੰਟ ਲੱਗਣਗੇ ਕਿਉਂਕਿ ਉਹ ਜਮੈਣ ਪਾਈ ਆ ਨਾ ਫਿਰ ਰਿੰਨੋਗੀ ਫੇਰ ਹੀ ਸਮੈਲ ਆਊਗੀ ਨਾ ਫੇਰ ਹੀ ਫਾਇਦਾ ਵਾ ਸੌਂਫ ਤੇ ਜਮੈਣ ਪਾਈ ਆ ਚਾਹ ਪੱਤੀ ਤੇ ਚੀਨੀ ਪਾਈ ਆ ਇਹਨੇ ਤੇ ਚਾਹ ਦੇਖਦੇ ਆ ਕਿਹੋ ਜੀ ਬਣਦੀ ਆ ਕਿਵੇਂ ਸਰਵ ਕਰਦਾ ਵਾ ਆਪਾਂ ਸਾਰਿਆਂ ਦਿਖਾਵਾਂਗੇ ਤੇ ਦੇਖਦੇ ਆ ਫਿਰ ਕਿਵੇਂ ਬਣਾ ਕੇ ਦਿੰਦਾ ਵਾ ਗਲਾਸ ਇਹਨੇ ਧੋ ਕੇ ਰੱਖ ਲਏ ਉੱਪਰੋਂ ਲਾ ਕੇ ਬਹੁਤ ਹੀ ਸਿਆਣਾ ਬੱਚਾ ਹੋਰ ਇਹਨਾਂ ਲਾ ਹਜੇ ਜਮੈਣ ਪਾਈ ਆ ਨਾ ਪੁਣੇ ਪੁਣਨੀ ਪੁਣਨੀ ਫਿਰ ਕਿਵੇਂ ਪੁਣੇਗਾ ਪੁੱਤ ਦੁੱਧ ਪਾ ਲਿਆ ਇਹਨੇ ਮੇਰੀ ਵੀਡੀਓ ਬੰਦ ਹੋ ਗਈ ਸੀਗੀ ਹੁਣ ਦੇਖਦੇ ਹਾਂ ਕਿਵੇਂ ਸਰਵ ਕਰਦਾ ਵਾ ਇਹ ਕਿਵੇਂ ਲੈ ਕੇ ਜਾਊਗਾ ਕਿਵੇਂ ਫੜਾਊਗਾ ਸਾਰਾ ਕੁਛ ਦੇਖਾਂਗੇ ਬਣੇ ਰਿਹੋ ਸਕਿੱਪ ਨਾ ਕਰਿਓ ਵੀਡੀਓ ਨੂੰ ਜਦੋਂ ਮੈਂ ਆਈ ਨਾ ਆ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਕਹਿੰਦਾ ਮੈਂ ਚਾਹ ਬਣਾ ਕੇ ਲਿਆਉਣਾ ਫਟਾਫਟ ਪਾਣੀ ਹਜੇ ਇਹਨੇ ਸਾਨੂੰ ਦਿੱਤਾ ਨਹੀਂ ਚਾਹ ਹੀ ਸਿੱਧੀ ਦਊਗਾ ਤਾਜ ਪਾਣੀ ਵੀ ਪੁੱਛੀ ਦਾ ਪਹਿਲਾਂ ਆਏਗਾ ਇਹਨੂੰ ਹੈਂ ਅੱਛਾ ਤੂੰ ਕਹ ਦਾਦੀ ਦਊ ਹੈ ਮੰਮੀ ਇਹਨੇ ਤੇਰੇ ਸਿਰ ਤੇ ਛੱਡਿਆ ਸੀਗਾ ਕਹਿੰਦਾ ਪਾਣੀ ਮੈਂ ਕਿਹਾ ਦਾਦੀ ਦਊਗੀ ਪਾਣੀ ਸਾਨੂੰ ਦਿੱਤਾ ਨਹੀਂ ਅਜੇ ਤੱਕ ਕਿਸੇ ਨੇ ਪਾਣੀ ਸਾਨੂੰ ਦਿੱਤਾ ਨਹੀਂ ਹਜੇ ਤੱਕ ਕਿਸੇ ਨੇ ਚਾਹ ਬਣਾਉਣ ਲੱਗ ਗਿਆ ਤਾਂ ਚੱਲ ਆਪਦੀ ਡਿਊਟੀ ਨਿਭਾਉਣ ਲੱਗ ਗਿਆ ਤੂੰ ਸਾਨੂੰ ਪਾਣੀ ਵੀ ਨਹੀਂ ਪੁੱਛਿਆ ਗਾ ਦੇਖ ਲਓ ਜੀ ਪਾਣੀ ਦਿੱਤਾ ਨਹੀਂ ਹੈ ਚੱਲ ਜਾਣ ਕਹਿੰਦਾ ਹੋਊਗਾ ਵੀ ਠੰਡ ਆ ਨਾ ਹਨਾ ਜੀਬ ਨਹੀਂ ਕਰਦਾ ਪਾਣੀ ਨੂੰ ਸਹੀ ਗੱਲ ਆ ਠੰਡ ਆ ਗਰਮੀਆਂ 'ਚ ਹੀ ਹੁੰਦਾ ਵਾ ਵੀ ਪਾਣੀ ਦਈਏ ਫਟਾਫਟ ਆਏ ਕਿਸੇ ਨੂੰ ਹਨਾ
ਤੈਨੂੰ ਪਤਾ ਸੀ ਅੱਜ ਸਾਡੇ ਆਉਣ ਦਾ? ਕਿਹਨੇ ਦੱਸਿਆ ਸੀਗਾ? ਦਾਦੀ ਨੇ ਕੱਲ ਦੱਸਿਆ। ਕੀ ਕਹਿੰਦੀ? ਇਹ ਲੱਖੀ ਭੂਆ ਤੇ ਸ਼ਰਮੀ ਭੂਆ ਦੇ ਆ। ਅੱਛਾ ਤੇ ਲੱਖੀ ਭੂਆ ਹੀ ਨਹੀਂ ਅਜੇ? ਅੱਛਾ ਠੀਕ। ਦੇਖੋ ਕਿੰਨਾ ਕਿਊਟ ਬੱਚਾ ਵਾ, ਕਿੰਨੀ ਸੋਹਣੀ ਗੱਲ ਕਰਦਾ ਵਾ, ਬਹੁਤ ਹੀ ਸਾਊ ਬੱਚਾ ਵਾ। ਮੈਂ ਇਹਦੇ ਨਾਲ ਪਾਰਕ ਜਾਂਦੀ ਹੁੰਦੀ ਸੀ, ਅਸੀਂ ਘੁੰਮਣ ਜਾਂਦੇ ਹੁੰਦੇ ਸੀ ਪਾਰਕ। ਤਾਂ ਅੱਜ ਫਿਰ ਤੈਨੂੰ ਪਾਰਕ ਲੈ ਕੇ ਗਿਆ ਤੂੰ ਬਾਅਦ 'ਚ? ਕੋਈ ਲੈ ਕੇ ਨਹੀਂ ਗਿਆ ਕੋਈ? ਚੱਲ ਕੋਈ ਨਾ, ਜਿੱਦੇ ਮੈਂ ਹੁਣ ਫੇਰ ਆਊਂਗੀ ਦੁਬਾਰੇ ਰਹਿਣ, ਹੈ ਨਾ, ਫਿਰ ਲੈ ਕੇ ਜਾਊਂ। ਚੰਗਾ, ਅੱਜ ਤੇਰਾ ਗੇੜਾ ਦਵਾ ਲਿਆਊਂਗੀ, ਜੇ ਆਪਾਂ ਥੋੜ੍ਹਾ ਅਸੀਂ ਲੇਟ ਗਏ ਅਸੀਂ, ਫਿਰ ਤੇਰਾ ਗੇੜਾ ਦਵਾ ਲਿਆਊਂਗੀ, ਫਿਰ ਕੁਲਚਾ ਖਾ ਆਈ ਨਾ। ਗੋਲ ਗੱਪਾ, ਕੁਲਚਾ, ਗੋਲ ਗੱਪੇ ਖਾਂਦਾ ਹੁੰਦਾ ਇਹ ਤੋੜ ਕੇ। ਮੈਨੂੰ ਕਿਹਾ, ਮੈਂ ਕਿਹਾ ਗੋਲ ਗੱਪੇ ਸਾਫ ਤਾਂ ਮੂੰਹ 'ਚ ਪਾਈਦਾ ਹੁੰਦਾ, ਕਹਿੰਦਾ ਨਹੀਂ ਤੋੜ ਕੇ ਖਾਈਦਾ। ਚਲੋ ਠੀਕ ਆ, ਮਿਲਦੇ ਹਾਂ ਅਤੇ ਹੁਣ ਉਨਾ ਟਾਈਮ ਜਦੋਂ ਇਹ ਸਰਵ ਕਰੂਗਾ ਉਦੋਂ ਬਣਾਉਂਦੇ ਹਾਂ। ਕਿਹਨੇ ਸਿਖਾਈ ਸੀ ਚਾਹ ਬਣਾਉਣੀ ਤੈਨੂੰ? ਮੰਮਾ ਨੇ। ਅੱਛਾ, ਮੰਮਾ ਕਹਿੰਦੀ ਚਾਹ ਸਿੱਖ ਲਾ। ਹੈ ਤੂੰ ਕਿਹਾ ਸੀਗਾ ਕਿ ਉਹਨੇ ਆਪੇ ਸਿਖਾ ਦੀ? ਤੂੰ ਕਿਹਾ ਸੀਗਾ? ਕੀ ਕਿਹਾ? ਦੇਖੋ ਕਿੰਨਾ ਸੋਹਣਾ ਬੱਚਾ ਚਾਹ ਬਣਾ ਰਿਹਾ ਵਾ, ਜਦੋਂ ਆਲੀ ਉੱਪਰ ਨੂੰ ਆਉਂਦੀ ਆ ਉਦੋਂ ਸਲੋਅ ਕਰ ਦਿੰਦਾ ਵਾ। ਵੈਸੇ ਤਕਰੀਬਨ ਕਾਫੀ ਬੱਚੇ ਬਣਾਈ ਵੀ ਲੈਂਦੇ ਆ ਕਈਆਂ ਦੇ, ਪਰ ਮੈਨੂੰ ਮੈਨੂੰ ਵਧੀਆ ਲੱਗਿਆ ਵੀ ਇਹ ਬੱਚਾ ਛੋਟਾ ਜਿਹਾ ਹੀ ਬਣਾਉਂਦਾ ਵਾ। ਕਹਿੰਦਾ ਮੰਮਾ ਨੇ ਇੱਕ ਗੇੜੀ ਬਣਾਉਣੀ ਸਿਖਾਈ ਸੀ ਮੈਨੂੰ, ਇਹ ਤੋਂ ਬਾਅਦ 'ਚ ਮੈਂ ਟਰਾਈ ਕੀਤੀ, ਟਰਾਈ ਕੀਤੀ ਤੋਂ ਬਾਅਦ ਕਹਿੰਦਾ ਵਧੀਆ ਬਣੀ ਉਹ, ਫਿਰ ਮੈਂ ਕਹਿੰਦਾ ਮੈਂ ਬਣਾਉਣ ਲੱਗ ਗਿਆ ਆਪੇ। ਚਲੋ ਹੁਣ ਦੇਖਦੇ ਹਾਂ ਹੁਣ ਵੀ ਸਰਵ ਕਿਵੇਂ ਕਰਦਾ ਵਾ, ਮਿਲਦੇ ਹਾਂ।